ਨੂੰ ਲੱਖ ਲੱਖ ਵਧਾਈਆਂ ਹੋਣ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਗੁਰੂ ਮਹਾਰਾਜ ਕਿਰਪਾ ਕਰਨ ਸਾਰਿਆਂ ਦੀਆਂ ਸ਼ੁਭ ਕਾਮਨਾ ਗੁਰੂ ਮਹਾਰਾਜ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਟਾਈਮ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਦਾ ਓੰਕਾਰ ਸਿੰਘ ਸ਼ੋਅ ਤੇ ਬਹੁਤ ਬਹੁਜੀ ਆਇਆ ਨੂੰ ਹਰ ਵਾਰ ਦੀ ਤਰ੍ਹਾਂ ਅਸੀਂ ਤੁਹਾਡੇ ਨਾਲ ਇੱਕ ਬਹੁਤ ਹੀ ਮਹਾਨ ਹਸਤੀ ਜਿਨ੍ਹਾਂ ਨੂੰ ਇੰਟਰੋਡਕਸ਼ਨ ਦੀ ਲੋੜ ਨਹੀਂ ਹੈ ਕਿਉਂਕਿ ਉਹ ਆਪਣੇ ਆਪ ਦੇ ਵਿੱਚ ਇੱਕ ਇੰਟਰੋਡਕਸ਼ਨ ਹੀ ਹਨ ਇੰਟਰੋਡਕਸ਼ਨ ਖਾਲਸੇ ਦੀ ਇਹਨਾਂ ਦਾ ਨਾਮ ਹੈ ਭਾਈ ਪਰਮਜੀਤ ਸਿੰਘ ਜੀ ਖਾਲਸਾ ਅਨੰਦਪੁਰ ਸਾਹਿਬ ਵਾਲੇ ਸੋ ਆਪਾਂ ਤੁਹਾਨੂੰ ਤੇ ਉਹਨਾਂ ਦੇ ਵਿੱਚ ਜ਼ਿਆਦਾ ਟਾਈਮ ਨਾ ਰੰਦੇ ਹੋਇਆ ਸਿੱਧਾ ਨਾਮ ਕੋ ਲੈ ਕੇ ਚੱਲਦੇ ਹਾਂ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਇੱਕ ਛੋਟੀ ਜੀ ਤਾਂ ਨ ਗੁਜਾਰਿਸ਼ ਕਰਨੀ ਚਾਹਾਂਗੇ ਕਿ ਵੀ ਆਪ ਜੀ ਸਾਨੂੰ ਦੱਸੋ ਕਿ ਆਪ ਜੀ ਦਾ ਜਨਮ ਕਿੱਥੇ ਹੋਇਆ ਤੇ ਆਪਣੇ ਬਾਰੇ ਥੋੜੀ ਜੀ ਇੰਟਰੋਡਕਸ਼ਨ ਦਿਓ ਜੀ ਵਾਹਿਗੁਰੂ 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 ਗੁਰੂ ਪਿਆਰਿਓ ਜਿਹੜਾ ਇੱਕ ਸ਼ਬਦ ਆਪ ਜੀ ਨੇ ਮੇਰੇ ਨਾਲ ਜੋੜ ਦਿੱਤਾ ਪਰਮਜੀਤ ਸਿੰਘ ਖਾਲਸਾ ਤੇ ਜਦਨ ਤੋਂ ਅੰਮ੍ਰਿਤ ਦੇ ਕੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਸਾਨੂੰ ਖਾਲਸੇ ਦੀ ਪਦਵੀ ਦੇ ਕੇ ਨਵਾਜਿਆ ਹੈ ਹਰ ਸਿੱਖ ਨੂੰ ਉਸ ਦਿਨ ਤੋਂ ਪਹਿਲਾ ਜਨਮ ਯਾਦ ਕੁਲ ਵਰਨ ਸ਼ਰੀਕਾ ਬਰਾਦਰੀ ਖਤਮ ਹੋ ਗਈ ਉਸ ਦਿਨ ਤੋਂ ਰਹਿ ਗਿਆ ਕੇਵਲ ਖਾਲਸਾ ਪਰਮਜੀਤ ਸਿੰਘ ਵੀ ਮਰ ਗਿਆ ਉਸ ਦਿਨ ਤੋਂ ਜੀ ਇੱਕ ਸ਼ਬਦ ਰਹਿ ਗਿਆ ਜਿਹੜਾ ਸੰਦੀਪ ਜਿ ਹੁੰਦਾ ਹੈ ਉਹ ਹੈ ਖਾਲਸਾ ਉਹ ਜੰਮਿਆ ਨਹੀਂ ਉਹ ਪ੍ਰਗਟ ਹੋਇਆ ਜੀ ਮੇਰੇ ਪਿਤਾ ਜੀ ਦੇ ਬਚਨ ਨੇ ਪ੍ਰਗਟੇ ਉਹ ਖਾਲਸਾ ਪਰਮਾਤਮਾ ਕੀ ਪਰਮਾਤਮਾ ਕੀ ਮੋਹ ਹੈ ਮੋਜ ਵਿੱਚ ਆਣ ਕੇ ਮੋਜ ਦੇ ਸ਼ਬਦ ਬੜੇ ਗਹਿਰੇ ਨੇ ਚਰਨ ਕਮਲ ਕੀ ਮੋਜ ਕੋ ਕੋ ਕੈਸੇ ਹਨ ਮਾਨ ਉਸ ਮੋਜ ਵਿੱਚ ਜਾ ਕੇ ਅਕਾਲ ਪੁਰਖ ਜਦੋਂ ਪੂਰਾ ਮੋਜ ਵਿੱਚ ਆਇਆ ਖੁਸ਼ੀ ਵਿੱਚ ਆਇਆ ਉਹਨੇ ਫਿਰੇ ਖਾਲਸਾ ਪ੍ਰਗਟ ਕੀਤਾ ਜੀ ਜਨਮ ਨਹੀਂ ਜਨਮ ਮਰ ਗਿਆ ਜਨਮ ਵਾਲਾ ਮਰ ਗਿਆ ਹੁਣ ਜਿਹੜੀ ਚੀਜ਼ ਉਹ ਪ੍ਰਗਟ ਹੋਈ ਆ ਜੀ ਤੇ ਅਨੰਦਪੁਰ ਸਭ ਤੋਂ ਪ੍ਰਗਟ ਹੋਈ ਆ ਹਾਂਜੀ ਬਹੁਤ ਚਾਰਦੀ ਕਾਲਜੀ ਸੋ ਜਿਵੇਂ ਕਿ ਅੱਜ ਦੇ ਡੇਟ ਦੇ ਵਿੱਚ ਅਸੀਂ ਦੇਖ ਰਹੇ ਹਾਂ ਸੰਪਰਦਾਵਾਂ ਜਥੇਬੰਦੀਆਂ ਟਕਸਾਲਾਂ ਨਿਹੰਗ ਸਿੰਘ ਜਥੇਬੰਦੀਆਂ ਜਾਂ ਤਾਂ ਫਿਰ ਮਿਸ਼ਨਰੀ ਕਾਲਜੇ ਜੇ ਆਪਾਂ ਸੋਚਣ ਦੀ ਕੋਸ਼ਿਸ਼ ਕਰੀਏ ਥੋੜਾ ਪਿੱਛੇ ਜਾ ਕੇ ਦੇਖੀਏ ਤਕਰੀਬਨ ਤਕਰੀਬਨ ਇਹ ਸਾਰੇ ਦੇ ਸਾਰੇ ਹੀ ਪੈਦਾ ਹੋਏ ਨੇ ਅਕਾਲ ਪੁਰਖ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਚਾਰ ਵਾਸਤੇ ਤੇ ਹਰ ਬੰਦਾ ਆਪਣੀ ਆਪਣੀ ਆਪ ਆਪਣੀ ਮਤ ਹੈ ਜੇਤੇ ਬਰਨਤ ਪੈਨ ਪਿੰਤ ਉਹ ਤੇਤੀ ਉਹ ਇਸ ਹਿਸਾਬ ਨਾਲ ਵਰਤ ਰਹੇ ਨੇ ਉਹ ਲੇਕਿਨ ਜਿੱਥੇ ਉਹ ਕੋਸ਼ਿਸ਼ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਪ੍ਰਚਾਰ ਕਰਨ ਦੀ ਉਥੇ ਹੀ ਅਸੀਂ ਦੇਖ ਰਹੇ ਹਾਂ ਕਿ ਕੱਲੇ ਪ੍ਰਚਾਰ ਦੇ ਵਜਾਏ ਉਥੇ ਜਿਹੜਾ ਪ੍ਰਸਾਰ ਹੋ ਰਿਹਾ ਇਸ ਡੇਟ ਦੇ ਵਿੱਚ ਉਹ ਕੂੜ ਦਾ ਵੀ ਹੋ ਰਿਹਾ ਸਾਰੇ ਜਥੇਬੰਦੀਆਂ ਚ ਹੋ ਰਿਹਾ ਇੱਕ ਚ ਨਹੀਂ ਤੇ ਅਸੀਂ ਸਾਰੇ ਇੱਕ ਦੂਜੇ ਤੋਂ ਚੱਕ ਰਹੇ ਹਾਂ ਪਿੰਨ ਪੁਆਇੰਟ ਕਰ ਰਹੇ ਆ ਕਿ ਉਹਨੇ ਇਹ ਗਲਤ ਕੀਤਾ ਉਹਨੇ ਇਹ ਗਲਤ ਕੀਤਾ ਉਹਨੇ ਇਹ ਗਲਤ ਕੀਤਾ ਇਸ ਦੇ ਵਜਾਇ ਕਿ ਉਹਨੇ ਠੀਕ ਕੀ ਕੀ ਕੀਤਾ ਅਸੀਂ ਇੱਕ ਜਿਵੇਂ ਆਪ ਜੀ ਕਹਿ ਕੇ ਹਟੇ ਹੋ ਕਿ ਪਰਮਾਤਮਾ ਜੀ ਨੇ ਜਦੋਂ ਖਾਲਸਾ ਸਾਡੇ ਨਾਲ ਜੋੜਿਆ ਤੇ ਸਾਡੇ ਸਤਗੁਰ ਢਾਕ ਲਿਆ ਮੈਂ ਆਪੇ ਪਰਦਾ ਸਾਡਾ ਪਰਦਾ ਢੱਕ ਲਿਆ ਲੇਕਿਨ ਅਸੀਂ ਉੱਪਰ ਦੇ ਚੱਕ ਕੇ ਅਸੀਂ ਦੂਜਿਆਂ ਨੂੰ ਨੰਗਾ ਕਰਨ ਦੇ ਵਜਾਇ ਐਨੀ ਦੇਖ ਰਹੇ ਕਿ ਵੀ ਉਹ ਬੰਦੇ ਨੇ ਪ੍ਰਚਾਰ ਕਿੱਥੇ ਕੀਤਾ ਉਹ ਸੰਸਥਾ ਨੇ ਪ੍ਰਚਾਰ ਕਿੱਥੇ ਕੀਤਾ ਕੀ ਕੀਤਾ ਅਸੀਂ ਬਦਨਾਮੀਆਂ ਕਰ ਰਹੇ ਆ ਤੁਹਾਡਾ ਕੀ ਵਿਚਾਰ ਹੈ ਅਸੀਂ ਕਿਸ ਤਰੀਕੇ ਦੇ ਨਾਲ ਇਕੱਠੇ ਹੋ ਸਕਦੇ ਆ ਇਕੱਠੇ ਕਿੱਦਾਂ ਬੈੱਕ ਕੇ ਅਸੀਂ ਪਰਮਾਤਮਾ ਦੇ ਗੁਣ ਗਾ ਸਕਦੇ ਆ ਸੰਪਰਦਾਵਾਂ ਜਥੇਬੰਦੀਆਂ ਜਿਹੜੇ ਵੀ ਧੜਿਆਂ ਨਾਲ ਅਸੀਂ ਜੁੜੇ ਆ ਇਗਨੋਰ ਕਿੱਦਾਂ ਕਰਕੇ ਆਪਣੇ ਪਿੱਛੋਂ ਜਿਹੜੇ ਪੁੰਛਲਾਂ ਅਸੀਂ ਲਾਈਆਂ ਹੋਈਆਂ ਨੇ ਉਹ ਪੁੰਛਲਾਂ ਕਿੱਦਾਂ ਉਤਾਰ ਕੇ ਅਸੀਂ ਇਕੱਠੇ ਹੋ ਸਕਦੇ ਆ ਥੋੜਾ ਜਿਹਾ ਪਿੱਛੇ ਜਾਣਾ ਚਾਹੁੰਨਾ ਤੁਸੀਂ ਕਿਹਾ ਵੀ ਇੱਕ ਕਿਤਨਾ ਹੋ ਸਕਦੇ ਆ ਇੱਕ ਸ਼ਬਦਾ ਇਸ ਸਰੀਰਾਂ ਮੇਰੇ ਹੱਤੋਂ ਮੈਂ ਜੋਤ ਰੱਖੀ ਜਿਨ੍ਹਾਂ ਚ ਸਾਡੇ ਕੋਲ ਜੋਤ ਦੇ ਅਰਥ ਨਾ ਹੋਏ ਜੀ ਤਨ ਪੈਰੇ ਨ ਆਖੀਏ ਬੈਨ ਇਕੱਠੇ ਹੋਏ ਇੱਕ ਜੋਤ ਦੋ ਮੂਰਤੀ ਤਨ ਪਿਰ ਕਈਏ ਸੋਏ ਜੀ ਸਪਸ਼ਟ ਗੁਰੂ ਸਾਹਿਬ ਨੇ ਕਿਹਾ ਵੀ ਸੋਫੇ ਤੇ ਇਕੱਠੇ ਮੀਆਂ ਬੀਬੀਆਂ ਦੇ ਸਰੀਰ ਬਹਿਣ ਉਹ ਪਤੀ ਪਤਨੀ ਨਹੀਂ ਖਵਾ ਸਕਦੇ પતિ ਪਤਨੀ ਉਹ ਦਿਨ ਖੋਣਗੇ ਜਿਸ ਦਿਨ ਉਹਨਾਂ ਦੇ ਸਰੀਰ ਤੋਂ ਮੂਰਤਾ ਹੋਈਆਂ ਤੇ ਜੋਤ ਇੱਕੋ ਹੀ ਸੋਚ ਜੋਤ ਦਾ ਮਤਲਬ ਸੋਚ ਇਹ ਲੈ ਕੇ ਚਲੋ ਤੁਹਾਡੇ ਵਿੱਚ ਵੀ ਮੇਰੇ ਵਿੱਚ ਵੀ ਹਰ ਜੀਵ ਵਿੱਚ ਰੱਬ ਦੀ ਜੋਤ ਜਗਦੀ ਉਸ ਜੋਤ ਨੂੰ ਅਸੀਂ ਪ੍ਰਗਟ ਨਹੀਂ ਹੋਣ ਦੇਣ ਦੇ ਜੇ ਉਹ ਸੋਚ ਪ੍ਰਗਟ ਹੋ ਜਾਏ ਤੇ ਸੋਚ ਤੇ ਸਭ ਮੈਂ ਜੋਤ ਜੋਤ ਹੈ ਸੋ ਇਹ ਸੋਚ ਤਾਂ ਫਿਰ ਸਾਰਿਆਂ ਦੀ ਇੱਕਾ ਉਸ ਸੋਚ ਦੇ ਉੱਤੇ ਅਸੀਂ ਸੰਪਰਦਾਇ ਸੋਚ ਨੂੰ ਥੋਪ ਦਿੱਤਾ ਹੈ ਜੀ ਉਹਦੇ ਥੱਲੇ ਉਹ ਨਹੀਂ ਨਿਕਲ ਰਹਾ ਸੰਪਰਦਾਇ ਸੋਚ ਜਿਹੜੀ ਵੀ ਸੰਪਰਦਾ ਨਾਲ ਕੋਈ ਜੁੜ ਗਿਆ ਉਹ ਕਹਿੰਦਾ ਨਹੀਂ ਜੀ ਇਹ ਠੀਕ ਹੈ ਵੱਡੇ ਬਾਪੂ ਜੀ ਨੇ ਆ ਕੇ ਕਿਹਾ ਨਹੀਂ ਤੁਸੀਂ ਇਹ ਗੱਲ ਨਾ ਕਰੋ ਠੀਕ ਹੈ ਜੀ ਮੁਬਾਰਕ ਨੇ ਸਾਰੇ ਠੀਕ ਹੈ ਜੀ ਦੂਸਰੇ ਸੰਪਰਦਾ ਸਾਡੀ ਆ ਕੁਝ ਕਹਿੰਦੀ ਜੀ ਕਿਸੇ ਦੇ ਮੂੰਹੋਂ ਦਾਸ ਨੇ ਨਹੀਂ ਸੁਣਿਆ ਚੁੰਕੀਦਾਰਾ ਕਰਦੇ ਆ ਦਾਸ ਨੂੰ 89 ਤੋਂ ਪ੍ਰਚਾਰ ਕਰਦਾ ਫਿਰ ਗੁਰੂ ਗ੍ਰੰਥ ਸਾਹਿਬ ਜੀ ਆ ਕੇ ਕਹਿੰਦੇ ਤੇ ਉਸ ਗੱਲ ਤੇ ਖਲੋਜੇ ਸਿੱਖ ਵੀ ਨਹੀਂ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਆ ਕੁਝ ਕਹਿੰਦੇ ਇੱਕ ਰਸਨਾ ਤੋਂ ਨਹੀਂ ਸੁਣਿਆ ਮਿਸ਼ਨਰੀ ਕਾਲਜ ਵਾਲੇ ਚੰਗੇ ਪ੍ਰਚਾਰਕ ਨੇ ਮਗਰ ਉਹ ਇੱਕ ਸੋਚ ਵਿੱਚ ਵੜ ਗਏ ਉਹਨਾਂ ਗੁਰੂ ਦੀ ਸੋਚ ਨਹੀਂ ਪ੍ਰਗਟ ਹੋਣ ਦੀ ਜੀ ਆਪਣੀ ਇੱਕ ਸੋਚ ਨੂੰ ਫੜ ਕੇ ਬਹਿ ਗਏ ਵੀ ਨਹੀਂ ਜੇ ਇੱਥੇ ਬਿੰਦੀ ਲੱਗਣੀ ਤੇ ਲਾਉਣੀ ਲਾਉਣੀ ਦੂਸਰਾ ਕਿੰਦਾ ਜਿੱਥੇ ਬਿੰਦੀ ਲੱਗਦੀ ਆ ਵੀ ਤੇ ਨਹੀਂ ਲਾਉਣੀ ਇਹ ਸੋਚ ਸਮਪਰਦਾਈ ਸੋਚਾਂ ਸਮਪਰਦਾਈ ਮਰਿਆਦਾਵਾਂ ਜਿਹੜੀਆਂ ਗੁਰੂ ਨੂੰ ਪ੍ਰਵਾਨ ਹੀ ਨਹੀਂ ਉਹ ਮਰਿਆਦਾ ਅਸੀਂ ਉੱਤੇ ਲਿਆ ਕੇ ਥੋਪ ਕੇ ਉਹ ਗੁਰੂ ਦੀ ਜਿਹੜੀ ਸੋਚ ਸਾਡੇ ਚ ਪ੍ਰਗਟ ਹੋਣੀ ਜਿਵੇਂ ਤੁਸੀਂ ਕਿਹਾ ਖਾਲਸਾ ਖੁਦ ਖੁਦਾ ਲਿਖਿਆ ਹੈ ਖੁਦਾ ਤਾਂ ਹੀ ਬਣੂਗਾ ਜੇ ਖੁਦਾ ਆਲੀ ਸੋਚ ਵਿੱਚ ਪ੍ਰਗਟ ਹੋਵੇ ਤੇ ਜੀ ਕਣਕ ਤਾਂ ਉਗਦਾਏ ਦਾਣਾ ਕਣਕ ਦਾ ਜੇ ਉਹਦੀ ਪਹਿਲੀ ਛੇਲੂ ਤੋਂ ਲੱਤਦੀ ਹੈ ਨਹੀਂ ਜੀ ਪਤਾ ਹੈ ਹਾਂਜੀ ਪਹਿਲਾ ਉਹਦਾ ਛੱਕੜ ਉਤੋਂ ਲੱਥਦਾ ਹੈ ਤੇ ਵਿੱਚੋਂ ਅੰਕੁਰ ਫੁੱਟਦਾ ਹੈ ਇਹ ਹਰ ਬੰਦਾ ਜਿਹੜਾ ਅੰਕੁਰ ਪਾ ਕੇ ਬੈਠ ਉੱਤੇ ਪੀਠਾ ਛਿੱਕੜ ਪਾ ਕੇ ਬੈਠਾ ਉਹ ਛਿੱਕੜ ਤੋਂ ਬਾਹਰ ਨਹੀਂ ਆ ਰਿਹਾ 10 ਦੇ ਰੋਜ਼ ਦਾ ਪ੍ਰਚਾਰ ਦਾ ਵੇਵੀ ਹੈ ਕਿਸੇ ਨਾ ਕੋਈ ਵਹਿਰ ਨਹੀਂ ਮੈਂ ਬਹੁਤ ਸਤਿਕਾਰ ਕਰਦਾ ਹਾਂ ਕੇਜੇ ਵਾਲਿਆਂ ਦਾ ਸਤਿਕਾਰ ਕਰਦਾ ਟਕਸਾਲ ਦਾ ਦਮਦਵੀ ਦਾ ਚੰਗੇ ਚੰਗੇ ਨਿਆਂਗ ਸਿੰਘਾਂ ਜੀਵਨ ਵਾਲਿਆਂ ਦਾ ਬਹੁਤ ਸਤਿਕਾਰ ਕਰਦਾ ਹਾਂ ਚੰਗੇ ਕੋ ਗੁਰਮੁਖ ਪਿਆਰੇ ਹੋਂ ਸਤਿਕਾਰ ਕਰਦਾ ਮਗਰ ਜਿੱਥੇ ਵੱਖ-ਵੱਖ ਨੇ ਉਸ ਸ਼ਬਦ ਦਾ ਕੀ ਅਰਥ ਰਹਿ ਗਿਆ અલੰਕਾਰ ਮੇਲ ਥੇਲੀ ਹੋਈ ਹੈ ਇਹਦਾ ਅਰਥ ਕੀ ਰਹਿ ਗਿਆ ਇਹਦਾ ਅਰਥ ਇਹ ਬਣਦਾ ਹੈ ਕਿ ਚੈਨੀ मुndਰੀ ਤਕੜਾ ਛੋਟੇ ਜਿਹੇ ਬੱਚੇ ਬੱਚੇ ਨੂੰ ਪੁੱਛਿਆ ਵੀ ਇਹ ਕੀ ਹੈ ਆਂਦਾ ਇੱਕ ਡੈਡੀ ਚੈਨੀ ਆ ਇੱਕ मुndਰੀ ਆ ਇੱਕ ਕੜਾ ਹੈ ਬੇਟਾ ਇਹ ਸੋਨਾ ਹੈ ਕਿਨਾਂ ਮੈਨੂੰ ਤੇ ਤਿੰਨ ਦਿਸ ਰਿਹਾ ਹੁਣ ਸਾਨੂੰ ਕੋ ਕਹੇ ਸਿੱਖ ਆ ਮਗਰ ਵੇਖਣ ਵਾਲਾ ਅੱਖ ਵਾਲਾ ਆਖੂਗਾ ਨਹੀਂ ਮੈਨੂੰ ਤੇ ਇਹ ਨਾਨਕਸਰੀਆ ਦਿਸ ਰਿਹਾ ਕਿਉਂਕਿ ਇਆਂ ਚਿੱਟੀਆਂ ਜਰਾਬਾਂ ਨੇ ਚਿੱਟਾ ਇਹ ਦਸਤਾਰਾ ਚਿੱਟਾ ਪਰਣਾ ਮੈਨੂੰ ਤੇ ਟਕਸਾਲ ਵਾਲਾ ਦਿਸ ਰਿਹਾ ਮੈਨੂੰ ਕਿ ਇਹਨੇ ਦਮਾਲਾ ਬਧਾਏ ਇਸ ਤਰ੍ਹਾਂ ਦਾ ਸਰੂਪ ਆ ਇਹ ਜੱਥੇ ਵਾਲਾ ਦਿਸਦਾ ਏਨੇ ਨਿਹੰਗ ਸਿੰਘਾਂ ਵਾਲੇ ਸ਼ਸਤਰ ਪਾਏ ਨੇ ਸਿੱਖ ਕੌਣ ਬਣੂ ਸਿੱਖ ਕੌਣ ਬਣੂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਜਦੋਂ ਸਾਰੇ ਉਹ ਗਹਿਣੇ ਤਿੰਨੇ ਕਰ దిਏ ਉਹਨੂੰ ਫਿਰ ਪੱਠੀ ਤੇ ਰੱਖੀਏ ਇਹ ਪੱਠੀ ਤੇ ਰੱਖਣ ਨੂੰ ਤਿਆਰ ਨਹੀਂ ਅੱਜ ਜੀ ਆਪਣੇ ਆਪ ਨੂੰ ਸਾੜਨ ਨੂੰ ਆਪਣਾ ਸਰੂਪ ਆਪਣਾ ਵਜੂਦ ਆਪਣੀ ਸੰਪਰਦਾ ਸਾੜਨ ਨੂੰ ਤਿਆਰ ਨਹੀਂ ਸਿੱਖ ਆਪ ਜੀ ਨੇ ਹੀ ਥੋੜੇ ਦਿਨ ਪਹਿਲਾਂ ਕਿ ਵਿਚਾਰ ਕੀਤੀ ਸੀ ਕਈ ਇੰਟਰਵਿਊਆਂ ਤੋਂ ਆਪ ਜੀ ਨੇ ਕਿਹਾ ਕਿ ਅਪਾ ਸਾਰਾ ਪੰਥ ਇਕੱਠਾ ਹੋ ਕੇ ਬੈਠੀਏ ਆਪ ਜੀ ਨੇ ਕਿਹਾ ਕਿ ਭਾਵੇਂ ਕੋਈ ਵੀ ਸੰਪਰਦਾ ਕੋਈ ਵੀ ਜਥੇਬੰਦੀ ਇਕੱਠੇ ਹੋ ਕੇ ਬੈਠੀਏ ਵਿਚਾਰ ਕਰੀਏ ਵਿਚਾਰ ਨਾਲ ਹਰ ਗੱਲ ਦਾ ਹੱਲ ਨਿਕਲਦਾ ਹੈ ਆਪ ਜੀ ਨੇ ਹੀ ਕਿਹਾ ਸੀਗਾ ਜਥੇਦਾਰ ਸਾਹਿਬ ਅਸੀਂ ਚਾਹੁੰਦੇ ਹਾਂ ਕਿ ਆਪ ਜੀ ਇਹ ਇੰਟਰਵਿਊ ਜ਼ਰੂਰ ਸੁਣੋ ਤੇ ਸਾਨੂੰ ਦੱਸੋ ਕਿ ਹੁਣ ਆਪ ਜੀ ਕਿਉਂ ਨਹੀਂ ਬੰਦੇ ਆਪ ਜੀ ਨੇ ਕਿਹਾ ਸੀ ਇਕੱਠੇ ਹੋ ਕੇ ਬੈਠੀਏ ਜਿਹੜੇ ਅੱਜ ਵੀਰ ਦਰਬਾਰ ਸਾਹਿਬ ਆ ਕੇ ਇਨਸਾਫ ਮੰਗ ਰਹੇ ਨੇ ਤੇ ਇਨਸਾਫ ਤਾਂ ਜਥੇਦਾਰ ਸਾਹਿਬ ਅਕਾਲ ਤਖਤ ਤੋਂ ਹੀ ਮੰਗਣਾ ਹੈ ਨਾ ਸਿੱਖ ਨੇ ਹੁਣ ਸਿੱਖ ਬਾਹਰ ਤਾਂ ਜਾਣ ਤੋਂ ਰਿਹਾ ਕਿ ਕਿਸੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਾਏ ਸਿੱਖ ਨੇ ਆਪਣੀ ਸੁਪਰੀਮ ਕੋਰਟ ਚਾਹਣਾ ਜੋ ਕਿ ਅਕਾਲ ਤਖਤ ਹੈ ਅਕਾਲ ਤਖਤ ਦੇ ਜੱਜ ਆਪ ਜੀ ਬੈਠੇ ਹੋ ਤੇ ਆਪ ਜੀ ਨੇ ਵਿਚਾਰ ਕਰਨੀ ਹੈ ਜਿਹੜੇ ਭਾਵੇਂ SGBC ਦੇ ਵਿੱਚ ਤੇ ਜਥੇਬੰਦੀਆਂ ਦੇ ਵਿੱਚ ਕਨਫਲਿਕਟ ਜਿਹੜਾ ਪੈਦਾ ਹੋਇਆ ਨਾਲ ਬਹਿ ਕੇ ਵਿਚਾਰੋ ਤੇ ਚਲੋ ਆਪਾਂ ਇੱਥੇ ਤੱਕ ਮੰਨ ਲੈਂਦੇ ਆ ਕਿ ਜਿਹੜਾ ਵੀ ਇਹ ਨੁਕਸਾਨ ਪੰਥ ਦਾ ਹੋਇਆ ਜਿਹੜੇ ਵੀ ਬੇਦਬੀਆਂ ਹੋਈਆਂ ਨੇ ਔਰ ਜਿਸ ਵੀ ਕਾਰਨ ਕਰਕੇ ਹੋਈਆਂ ਨੇ ਜਿਸ ਵੀ ਰੀਜ਼ਨ ਕਰਕੇ ਹੋਈਆਂ ਨੇ ਲੇਕਿਨ ਵਿਚਾਰੀਏ ਤਾਂ ਸਹੀ ਜਦ ਤੱਕ ਵਿਚਾਰਾਂਗੇ ਨੇ ਤਦ ਤੱਕ ਅੱਗੋਂ ਦੀ ਉਹ ਜਿਹੜੀਆਂ ਪ੍ਰੋਬਲਮਸ ਨਹੀਂ ਸੋਲ ਹੱਲ ਹੋਣਗੀਆਂ ਤੇ ਆਪ ਜੀ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਗਾਈਡ ਕਰ ਰਹੇ ਹੋ ਅਸੀਂ ਇੱਕ ਗੱਲ ਹੋਰ ਜਾਣਨੀ ਚਾਹੁੰਦੇ ਹਾਂ ਕਿ ਜਦੋਂ ਵੀ ਅਸੀਂ ਦੇਖਿਆ ਕਿ ਜਿੰਨੇ ਵੀ ਸਰੂਪ ਗੁਰੂ ਸਾਹਿਬ ਮਹਾਰਾਜ ਜੀ ਦੇ ਭਾਵੇਂ ਕੈਨੇਡਾ ਦੇ ਵਿੱਚ ਹੋਏ ਭਾਵੇਂ ਉਹ ਇੰਡੀਆ ਵਿੱਚ ਹੋਏ ਭਾਵੇਂ ਅਮਰੀਕਾ ਵਿੱਚ ਹੋਏ ਕਈ ਥਾਵਾਂ ਤੋਂ ਲੋਕਾਂ ਦੇ ਵਿਚਾਰਾਂ ਵਿੱਚ ਇਹ ਗੱਲ ਹੈਗੀ ਹੈ ਕਿ ਵੀ ਜਿਹੜੇ ਸਰੂਪ ਨੇ ਉਹ ਛਪਣੇ ਇੰਡੀਆ ਤੋਂ ਬਾਹਰ ਜਾਂ ਐਸਜੀਪੀਸੀ ਤੋਂ ਬਾਹਰ ਛਪਣੇ ਚਾਹੀਦੇ ਨੇ ਕਿ ਨਹੀਂ ਕੋਈ ਗੱਲ ਨਹੀਂ ਆਪਾਂ ਇਹ ਦੇਖੀਏ ਕਿ ਉਹਦੇ ਬਾਰੇ ਕੀ ਹੋ ਸਕਦਾ ਉਹ ਤਾਂ ਆਪਾਂ ਸਾਰੇ ਪੰਥ ਨੇ ਪਹਿਲ ਨੂੰ ਫੈਸਲਾ ਕੀਤਾ ਹੈ ਵਿਸ਼ਰੋਮਣੀ ਕਮੇਟੀ ਛਾਪੇ ਇੱਕ ਸੰਪਰਦਾ ਇੱਕ ਜ਼ਿੰਮੇਵਾਰੀ ਹੋਵੇ ਕਿਸੇ ਦੀ ਉਹਨਾਂ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਇਹ ਨਹੀਂ ਵੀ ਉਹਨੂੰ ਖੰਡਾ ਦੇਣਾ ਤਾਂ ਤਾਂ ਤੇ ਸਰੂਪਾਂ ਦੀ ਮਹਾਰਾ ਦੀ ਸਪਾਈ ਨਹੀਂ ਹੋਣੀ ਚਾਹੀਦੀ ਸਭ ਤੋਂ ਵੱਡਾ ਹੁਣ ਸਾਨੂੰ ਖਤਰਾ ਇਸ ਗੱਲ ਦਾ ਓਂਕਾਰ ਸਿੰਘ ਬਾਣੀ ਵਿੱਚ ਮਲਾਵਟ ਹੋਣ ਦਾ ਅਸੀਂ ਹੁਣ ਉਹ ਤਰ੍ਹਾਂ ਨਹੀਂ ਮਰਦੇ ਸਿਰੇ ਤੱਕ ਬੇਦਬੀ ਤੱਕ ਹੋ ਗਈ ਹੰਗੰਗ ਖਲਾਰਿਆ ਗਿਆ ਹੁਣ ਜਿਹੜੀ ਇਹਨਾਂ ਦੀ ਕੋਸ਼ਿਸ਼ ਅਗਲੀ ਕੋਸ਼ਿਸ਼ ਆ ਉਸ ਸੋਚ ਦੀ ਜਿਹੜੀ ਜਿੱਦਣ ਜਨੇਊ ਨਹੀਂ ਸੀ ਤੁਸੀਂ ਪਾਇਆ ਤੇ ਉਸ ਦਿਨ ਤੋਂ ਤੁਹਾਡਾ ਪਿੱਛਾ ਕਰ ਰਹੀ ਕੌਣ ਸੋਚ ਇੱਕ ਸੋਚ ਇੱਕ ਵਿਚਾਰ ਉਸ ਦਿਨ ਤੋਂ ਤੁਹਾਡਾ ਪਿੱਛਾ ਕਰ ਰਹੀ ਉਹ ਸੋਚਦਾ ਹੁਣ ਅਗਲਾ ਟਾਰਗੇਟ ਆ ਵੀ ਬਾਣੀ ਚ ਮਲਾਵਟ ਕਿ ਤਰ੍ਹਾਂ ਹੋਵੇ ਐ ਆਪਾਂ ਖੋਲਤੀਆਂ ਕਿਸੇ ਨੇ ਬਣਾਤੀਆਂ ਦੂਸਰੇ ਬਣਾਤੀਆਂ ਤੀਸਰੇ ਨੇ ਬਣਾਤੀਆਂ ਉਹਨਾਂ ਆਪਾਂ ਦੇ ਵਿੱਚ ਆ ਬਾਣੀ ਇਤਰਾ ਆ ਬਾਣੀ ਇਤਰਾ ਆ ਬਾਣੀ ਇਤਰਾ ਇਹ ਸਭ ਤੋਂ ਵੱਡਾ ਖਤਰਾ ਹੈ ਇੱਕੇ ਜਗ੍ਹਾ ਤੇ ਛਪੇ ਜ਼ਿੰਮੇਵਾਰੀ ਬਣੇ ਗੁਰੂ ਕਿਰਪਾ ਕਰੇ ਕੋਈ ਜ਼ਰੂਰੀ ਨਹੀਂ ਵੀ ਇੱਥੇ ਇਹਨਾਂ ਨੇ ਬਿਠੇ ਰਹਿਣਾ ਕੋਈ ਚੰਗੀ ਸੋਚ ਵਾਲੇ ਵੀ ਬੰਦੇ ਆ ਸਕਦੇ ਮਗਰ ਛਪਾਈ ਜਿਹੜੀ ਹੈ ਇੱਕ ਹੀ ਜਗ੍ਹਾ ਤੇ ਹੋਵੇ ਤੇ ਜ਼ਿੰਮੇਵਾਰ ਬੰਦਾ ਉਹਦਾ ਜਵਾਬਦੇਹ ਹੋਵੇ ਉਦੇ ਬੜੇ ਸੋਹਣੇ ਤਰੀਕੇ ਨਾਲ ਉਹੋ ਜੀ ਜਗ੍ਹਾ ਦੁਨੀਆਂ ਤੇ ਕਿਤੇ ਨਾ ਹੋਵੇ ਜਿਹੋ ਜੀ ਜਗ੍ਹਾ ਤੇ ਮਹਾਰਾਜੀ ਦੀ ਸਿਪਾਈ ਹੋਵੇ ਉੱਥੇ ਕੰਮ ਕਰਨ ਵਾਲੇ ਸਾਰੇ ਗੁਰਸਿੱਖ ਹੋਣ ਨਿਤਨੇਮੀ ਹੋਣ ਜਿਨ੍ਹਾਂ ਨੂੰ ਪਤਾ ਮਹਾਰਾਦੇ ਅੰਗ ਨੂੰ ਹੱਥ ਕਿਤਨਾ ਲਾਈਦਾ ਹੈ ਜਿਨ੍ਹਾਂ ਨੂੰ ਪਤਾ ਹੈ ਉੱਥੇ ਜੋੜਾ ਪਾ ਕੇ ਨਹੀਂ ਜਾਈਦਾ ਜਿਨ੍ਹਾਂ ਨੂੰ ਪਤਾ ਇੱਥੇ ਨੰਗੇ ਸਿਰ ਨਹੀਂ ਆਈਦਾ ਸਾਰੀ ਮਰਿਆਦਾ ਨਿਭਾ ਕੇ ਉੱਥੇ ਬਣਨੀ ਚਾਹੀਦੀ ਇੱਕੇ ਜਗ੍ਹਾ ਤੇ ਤੇ ਉਹਦਾ ਕੋਈ ਸਿਸਟਮ ਹੋਣਾ ਚਾਹੀਦਾ ਮੈਂ ਤੇ ਉਹ ਤਾਂ ਪੜਿਆ ਲਿਖਿਆ ਨਹੀਂ ਮੇਰੀ ਤੇ ਭਾਵਨਾ ਹੈ ਵੀ ਇੱਕ ਹੀ ਜਗ੍ਹਾ ਤੇ ਛਪਣਾ ਚਾਹੀਦਾ ਅਸੀਂ ਗੱਲ ਕਰ ਰਹੇ ਸੀਗੇ ਭਾਈ ਸਾਹਿਬ ਆਈ ਪਰਮਵੀਰ ਸਿੰਘ ਖਾਲਸਾ ਜੀ ਵੱਲੋਂ ਵਿਚਾਰਾਂ ਲੈ ਰਹੇ ਸੀਗੇ ਕਿ ਕਿਵੇਂ ਇੱਕ ਪੰਥ ਜੋ ਆਪਾਂ ਆਪਸ ਵਿੱਚ ਧੜੇਵਾੜੀ ਵਿੱਚ ਵਡੇ ਹੋਏ ਆਂ ਧੜਿਆਂ ਵਿੱਚ ਵੰਡੇ ਹੋਏ ਆਂ ਉਹ ਆਪਾਂ ਕਿਵੇਂ ਇਕੱਠੇ ਹੋ ਸਕਦੇ ਆਂ ਕਿਵੇਂ ਅਸੀਂ ਇੱਕ ਗੁਰੂ ਇੱਕ ਪਿਤਾ ਦੇ ਚਰਨਾਂ ਨਾਲ ਜੁੜ ਸਕਦੇ ਹਾਂ ਆਪਣੇ ਜਥੇਬੰਦੀਆਂ ਨੂੰ ਛੱਡ ਕੇ ਇੱਕ ਕਿਦਾਂ ਹੋ ਸਕਦੇ ਹਾਂ ਭਾਈ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਉਹਦਾ ਜਵਾਬ ਦਿੱਤੇ ਨੇ ਆਪਾਂ ਨੇ ਵਿਚਾਰ ਕੀਤੀ ਹੈ ਆਪਾਂ ਇਸ ਵਿਚਾਰ ਨੂੰ ਥੋੜਾ ਜਿਹਾ ਹੋਰ ਖੋਲਣ ਦੀ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਗੁਰਬਾਣੀ ਤੋਂ ਤੇ ਗੁਰਸਿੱਖਾਂ ਦੇ ਜੀਵਨਾ ਤੋਂ ਜੋ ਆਪਾਂ ਸਿੱਖੀ ਵਿਚਾਰਾ ਲੈਨੇ ਹਾਂ ਉਸ ਨੂੰ ਆਪ ਆਪਣੇ ਜੀਵਨ 'ਤੇ ਕਿਦਾਂ ਇੰਪਲੀਮੈਂਟ ਕਰ ਸਕੀਏ ਭਾਈ ਸਾਹਿਬ ਜੀ ਮੈਂ ਇੱਕ ਹੋਰ ਕੋਸ਼ਿਸ਼ ਕਰਦਾ ਸੀਗਾ ਸੋਚਣ ਦੀ ਕਿ ਸਾਡੇ ਵਿੱਚ ਬਹੁਤ ਸਾਰੀਆਂ ਅ ਗੁਣ ਹਨ ਪ੍ਰਮਾਤਮਾ ਦੇ ਦਿੱਤੇ ਬਹੁਤ ਗੁਣ ਹਨ ਸਾਡੇ ਕੋਲ ਸਾਡੇ ਪੰਥ ਵਿੱਚ ਕੁਝ ਸਾਡੇ ਚ ਘਾਟਾਂ ਵੀ ਨੇ ਮੈਂ ਉਹ ਗੁਣ ਨਹੀਂ ਕਹਾਂਗਾ ਘਾਟਾਂ ਨੇ ਅਸੀਂ ਉਹ ਘਾਟਾ ਨੂੰ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਵੀ ਪ੍ਰਚਾਰ ਅਸੀਂ ਕਰਦੇ ਹਾਂ ਸਿਰਫ ਤਾਂ ਸਿਰਫ ਗੁਰਦੁਆਰਾ ਸਾਹਿਬ ਦੇ ਵਿੱਚ ਜਦ ਕਿ ਜੋ ਦਾਸ ਨੂੰ ਲੱਗਦਾ ਸਿੱਖ ਦਾ ਜੀਵਨ ਹੀ ਪ੍ਰਚਾਰ ਹੈ ਜੋ ਦੀ ਰਹਿਣੀ ਬੈਣੀ ਉੱਠਣੀ ਕਹਿਣੀ ਇਹ ਸਾਰਕ ਆਪ ਇੱਕ ਪ੍ਰਚਾਰ ਹੈ ਤਾਂ ਅਸੀਂ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲ ਕੇ ਸਾਨੂੰ ਪ੍ਰਚਾਰ ਕਰਨਾ ਚਾਹੀਦਾ ਹੈ ਕਿ ਨਹੀਂ ਦੂਜੀ ਗੱਲ ਆਪਾਂ ਇਹ ਦੇਖੀਏ ਕਿ ਜਦੋਂ ਅਸੀਂ ਵਿਚਾਰ ਕਰ ਰਹੇ ਹਾਂ ਕਈ ਥਾਵਾਂ ਤੇ ਕੁਝ ਸਾਡੇ ਕੱਟੜਵਾਦ ਤਾਂ ਸਾਡੇ ਚ ਵੜੀ ਹੋਈ ਹੈ ਜਿਹੜੇ ਕਹਿੰਦੇ ਨੇ ਕਿ ਪੰਜਾਬੀ ਗੁਰਦੁਆਰੇ ਚ ਸਿਰ ਪੰਜਾਬੀ ਦੀ ਕਰੋ ਸਿਰ ਪੰਜਾਬੀ ਚ ਗੱਲ ਕਰੋ ਤੇ ਉਹਦੇ ਬਾਰੇ ਆਪ ਜੀ ਦਾ ਕੀ ਵਿਚਾਰ ਹੈ ਧਾਰਸ ਦੀ ਤੇ ਬੇਨਤੀ ਵੀ ਇਹ ਕੱਟੜਵਾਦ ਨਹੀਂ ਗੁਰੂ ਦੀ ਜਿੰਨੀ ਬਾਣੀ ਆ ਉਹ ਉਚਾਰਨ ਅੱਖਰ ਭਾਵੇਂ ਹਿੰਦੀ ਦੇ ਹੋਣ ਉਹ ਉਚਾਰਨ ਪੰਜਾਬੀ ਚ ਹੀ ਹੁੰਦੇ ਆ ਤੇ ਬਾਸ਼ਾ ਕੋਈ ਬਿਮਾਰੀ ਨਹੀਂ ਹੁੰਦੀ ਪਾਸ਼ਾ ਸਾਰਿਆਂ ਦੇ ਵਿੱਚ ਬੋਲਣ ਵਾਲਾ ਕੋਈ ਆ ਜੀ ਉਹ ਜਿਸ ਪਾਸਾ ਜਿਸ ਤਰ੍ਹਾਂ ਕੋਈ ਸਮਝ ਸਕਦਾ ਹੈ ਜੇ ਕੋਈ ਇੰਗਲਿਸ਼ ਵਿੱਚ ਕਥਾ ਕਰਦੇ ਬੱਚੇ ਤੇ ਉਹ ਜੇ ਇੰਗਲਿਸ਼ ਸਮਝਦੇ ਆ ਤੇ ਇੰਗਲਿਸ਼ ਵਿੱਚ ਸਮਝਾ ਦੇਣਾ ਚਾਹੀਦਾ ਹੈ ਮਗਰ ਜਿਹੜੀ ਕਥਾ ਕੀਰਤਨ ਆਮ ਸੰਗਤ ਲਈ ਇਹਦੇ ਵਿੱਚ ਆਪਾਂ ਨੂੰ ਪੰਜਾਬੀ ਗੁਰਮੁਖੀ ਪਾਸ਼ਾ ਕਈ ਬੱਚੇ ਨੇ ਜਿਨ੍ਹਾਂ ਨੂੰ ਪਤਾ ਨਹੀਂ ਮਗਰ ਉਹ ਬਾਅਦ ਜਾ ਕੇ ਫਿਰ ਪੁੱਛਦੇ ਵੀ ਤੁਸੀਂ ਆਖਿਰ ਕੀ ਬੋਲਿਆ ਤੇ ਜੇ ਬੋਲਿਆ ਹੈ ਤੇ ਉਹਦੇ ਅੰਦਰ ਇਹ ਇੱਛਾ ਪੈਦਾ ਹੋਈ ਵੀ ਆਖਿਰ ਕੀ ਕਿਹਾ ਜੀ ਸਿੱਖੀ ਇਹਦੇ ਬਾਰੇ ਇਸ ਕਰਕੇ ਪੰਜਾਬੀ ਭਾਸ਼ਾ ਨੂੰ ਪੈ ਲਿਆ ਭਾਸ਼ਾ ਕੋਈ ਵੀ ਮਾੜੀ ਨਹੀਂ ਜਿੱਥੇ ਕੋਈ ਹਿੰਦੀ ਸਮਝਣ ਵਾਲਾ ਉਹਨੂੰ ਹਿੰਦੀ 'ਚ ਮਸਕੀਨ ਸਾਹਿਬ ਦੀ ਕਥਾ ਬਹੁਤ ਸਾਰੀ ਫੇਸਬੁੱਕ ਤੇ ਮਿਲਦੀ ਹੈ ਹਿੰਦੀ ਵਿੱਚ ਕੀਤੀ ਇੰਗਲਿਸ਼ ਵਿੱਚ ਕਰਨ ਵਾਲੇ ਗੁਰਮੁਖਾਂ ਪਿਆਰਿਆਂ ਦੀ ਮਿਲਦੀ ਜੇ ਨਾ ਇੰਗਲਿਸ਼ ਵਿੱਚ ਕੀਤੀ ਹੈ ਇਸ ਦਾ ਵਿਸਕਰਾਨੀ ਕਰਨਾ ਚਾਹੀਦਾ ਹਾਂਜੀ ਸੋ ਜਿਵੇਂ ਕਿ ਆਪਾਂ ਗੱਲ ਕਰੀਏ ਗੁਰਮੁਖੀ ਭਾਸ਼ਾ ਸਾਡੀ ਤਵੱਜਹ ਹੋਣੀ ਚਾਹੀਦੀ ਹੈ ਸਾਡੀ ਪਹਿਲ ਗੁਰਮੁਖੀਨ ਹੋਣੀ ਚਾਹੀਦੀ ਹੈ ਲੇਕਿਨ ਜਿੱਥੇ ਕਿਤੇ ਆਪਾਂ ਦੇਖਦੇ ਆਂ ਜਿਉਂ ਜਿ ਸੰਗਤ ਹੈ ਜੇ ਆਪਾਂ ਗੱਲ ਕਰੀਏ ਪੰਜਾਬ ਤੋਂ ਬਾਹਰ ਆਪਾਂ ਗੱਲ ਕਰਦੇ ਆਂ ਫੇਰ ਤਾਂ ਸਾਨੂੰ ਚਾਹੀਦਾ ਹੀ ਹੈ ਅਸੀਂ ਉਸ ਜਿਵੇਂ ਗੁਰੂ ਪਾਤਸ਼ਾਹ ਵਿੱਚ ਜਿਹੜੇ ਇਲਾਕੇ ਅੱਜ ਗਏ ਨੇ ਉੱਥੇ ਗੁਰੂ ਪਾਤਸ਼ਾਹ ਨੇ ਉੱਥੇ ਦੀ ਭਾਸ਼ਾ ਬੋਲੀ ਹੈ ਉੱਥੇ ਜਾ ਕੇ ਜੇ ਆਸਾਮ ਚ ਗਏ ਤਾਂ ਸਾਮੀ ਚ ਗੱਲ ਕੀਤੀ ਆ ਉਹ ਗੱਲ ਵੱਖਰੀ ਹੈ ਬਾਣੀ ਸਾਰੀ ਗੁਰਮੁਖੀ ਚ ਲਿਖੀ ਆ ਲੇਕਿਨ ਗੁਰੂ ਪਾਤਸ਼ਾਹ ਜੇ ਹੁਣ ਆਪਾਂ ਗੱਲ ਕਰੀਏ ਗੁਰੂ ਨਾਨਕ ਪਾਤਸ਼ਾਹ ਯੂਰਪ ਚ ਆਏ ਨੇ ਜਿਹੜਾ ਪਾਪ ਨੂੰ ਮਿਲੇ ਨੇ ਤਾਂ ਉਹ ਨੇ ਉਹਦੀ ਭਾਸ਼ਾ ਬੋਲੀਏ ਤਾਂ ਕਿ ਉਹਨੂੰ ਦੱਸ ਸਕਣ ਕਿ ਗੁਰੂ ਪਾਸ਼ਾ ਕਿਹੜਾ ਫਰਮਾਨ ਲੈ ਕੇ ਆਏ ਨੇ ਅਕਾਲਪੁਰਖ ਤੋਂ ਸੋ ਬਿਲਕੁਲ ਠੀਕ ਲੱਗੀ ਸਾਨੂੰ ਗੱਲ ਤੁਹਾਡੀ ਜੀ ਕਿ ਜਿੱਥੇ ਵੀ ਜਿਹੋ ਜਿਹੇ ਸੰਗਤ ਹੈ ਉਸ ਤਰੀਕੇ ਦੀ ਭਾਸ਼ਾ ਦੇ ਵਿੱਚ ਉਹਨਾਂ ਨੂੰ ਸਮਝਾਇਆ ਜਾ ਸਕਦਾ ਹੈ ਲੇਕਿਨ ਤਵੱਜੋ ਤੇ ਪਹਿਲ ਸਿਰਫ ਸਿਰਫ ਗੁਰਮੁਖੀ ਨੂੰ ਹੀ ਦੇਣੀ ਚਾਹੀਦੀ ਹੈ ਆਪ ਜੀ ਜਿਹੜਾ ਵਚਨ ਕੀਤਾ ਵੀ ਗੁਰੂ ਨਾਨਕ ਸਾਹਿਬ ਯੂਰਪ ਵਿੱਚ ਆਏ ਆ ਗੁਰੂ ਨਾਨਕ ਸਾਹਿਬ ਦੀ ਭਾਸ਼ਾ ਭਾਵੇਂ ਉਹ ਪੰਜਾਬੀ ਬੋਲਣ ਭਾਵੇਂ ਹਿੰਦੀ ਵੀ ਅਰਬੀ ਫਾਰਸੀ ਬੋਲਣ ਬੋਲਣ ਵਿੱਚ ਇੰਨਾ ਧਮ ਸੀ ਕੁਝ ਪਾਸ਼ਾ ਜਿਹੜੀ ਅੱਖਰਾਂ ਦੀ ਪਾਸ਼ਾ ਹੁੰਦੀ ਕੁਝ ਬਾਡੀ ਲੈਂਗੁਏਜ ਹੁੰਦੀ ਜੀ ਜਿਉਂ ਨੇ ਐ ਕੀਤਾ ਹੈ ਨਾ ਤੇ ਬਹੁਤ ਕੁਝ ਕਹਿ ਗਿਆ ਜਿਉਂ ਨੇ ਐ ਕੀਤਾ ਹੈ ਤੇ ਬਹੁਤ ਕੁਝ ਕਹਿ ਗਿਆ ਜਿਉਂ ਨੇ ਐ ਕੀਤਾ ਹੈ ਬਹੁਤ ਕੁਝ ਕਹਿ ਗਿਆ ਉਹ ਮਾਲਕ ਗੁਰੂ ਨਾਨਕ ਸਾਹਿਬ ਦੀ ਆਪਾਂ ਰੀਸ ਨਹੀਂ ਕਰ ਸਕਦੇ ਜੇ ਅਸੀਂ ਅਰਬੀ ਵੀ ਬੋਲਾਂਗੇ ਤੇ ਅੰਦਰੋਂ ਕਮਜ਼ੋਰ ਆ ਅਸੀਂ ਅਰਬੀ 'ਚ ਉਹ ਗੱਲ ਤਾਂ ਹੀ ਤੇ ਮੁਸਲਮਾਨ ਨੂੰ ਅੱਜ ਸਮਝਾਣੀ ਅਸੀਂ ਰਹੇ ਕਿਉਂਕਿ ਸਾਡੇ ਜਿਹੜੀ ਕਬੀਰ ਨੇ ਸਮਝਾਈ ਹਿੰਦੂ ਤੁਰਕ ਕਹਾਂ ਤੇ ਆਏ ਅਸੀਂ ਨਹੀਂ ਕਹਿ ਸਕਦੇ ਅੱਜ ਕੋ ਕਹੂਗਾ ਤੁਸੀਂ ਦੱਸੋ ਸਾਡੇ ਚੋਂ ਕੋਈ ਪ੍ਰਚਾਰਕ ਜਾ ਕੇ ਹਿੰਦੂਆਂ ਤੁਰਕਾਂ ਦੇ ਵਿੱਚ ਬਹਿ ਕੇ ਆਖੇ ਓਏ ਕਿੱਥੋਂ ਆਏ ਕਨੇ ਰਾਹ ਚਲਾਈ ਸੁਨਤ ਕੀਏ ਤੁਰਕ ਜਿ ਹੋਏਗਾ ਔਰਤ ਕਾ ਕੀ ਕਰੀਏ ਇਹ ਅੰਦਰ ਪਾਵਰ ਵੀ ਚਾਹੀਦੀ ਕਹਿਣ ਦੀ ਦਮ ਚਾਹੀਦਾ ਦਮ ਚਾਹੀਦਾ ਉਹ ਦਮ ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਨਹੀਂ ਹੋਣਾ ਜੋ ਸਾਡੀ ਮੇਰੀ ਸ਼ਰਿਆਣੀ ਵਿੱਚ ਕੋਈ ਚੰਗੇ ਪ੍ਰਚਾਰਕ ਹੋਣਗੇ ਮੈਂ ਤਾਂ ਸਾਰਿਆਂ ਦਾ ਨੀਵਾ ਤੁਸੀਂ ਮੈਨੂੰ ਪੁੱਛਿਆ ਤੁਹਾਡੇ ਜੀਵਨ ਬਾਰੇ ਤੇ ਮੈਂ ਉਦੋਂ ਇਹ ਸੋਚਦਾ ਸਮਝ ਜੀਵਨ ਹੋਵੇ ਤੇ ਦੱਸਾਂ ਤੁਸੀਂ ਜੋ ਕਿਹਾ ਵੀ ਤੁਹਾਡੇ ਜੀਵਨ ਬਾਰੇ ਪੁੱਛੂਗਾ ਤੇ ਮੈਂ ਤੁਹਾਨੂੰ ਤਾਂ ਕਿਹਾ ਹੀ ਇਹਦੇ ਬਾਰੇ ਪੁੱਛਿਓ ਨਾ ਕੋਈ ਜਿਹੜੀ ਚੀਜ਼ ਹੋਵੇ ਉਹਦੇ ਬਾਰੇ ਦੱਸੀਦਾ ਮੇਰਾ ਤੇ ਜੀਵਨ ਕੋਈ ਐਡਾ ਉੱਚਾ ਸੁੱਚਾ ਨਹੀਂ ਪ੍ਰਚਾਰਕ ਸਾਡੇ ਕੋਲ ਐਸਾ ਨਹੀਂ ਹੈਗਾ ਜੇ ਇੰਗਲਿਸ਼ ਵਿੱਚ ਸਮਝਾਊਗਾ ਤੇ ਉਹਦੇ ਜੀਵਨ ਵਿੱਚ ਇੰਨੀ ਸਪੱਟ ਹੋਵੇ ਵੀ ਇੰਗਲਿਸ਼ ਚ ਨਹੀਂ ਅੰਦਰ ਬਾੜ ਦੇ ਗੁਰੂ ਦਾ ਸ਼ਬਦ ਜੀ ਸਮਝ ਰਹੇ ਹੋ ਮੇਰੀ ਗੱਲ ਨੂੰ ਅਰਬੀ ਬੋਲੇ ਫਾਰਸੀ ਬੋਲੇ ਮਗਰ ਉਹ ਸਪਿਟ ਕਿੱਥੋਂ ਲਿਆਉਗੇ ਗੁਰੂ ਨਾਨਕ ਵਾਲੀ ਗੁਰੂ ਗੋਬਿੰਦ ਸਿੰਘ ਵਾਲੀ ਸਪਿਟ ਕਿੱਥੋਂ ਲਿਆਉਗੇ ਅਸੀਂ ਕਹਿ ਲਾਂਗੇ ਦਿਉਰਾ ਮਸੀਤ ਹੋਈ ਉਸ ਵੇਲੇ ਸਾਡੇ ਦਿਵਾਲੇ ਇਹਨਾਂ ਨੇ ਹੋ ਜਾਣਾ ਸਰਦਾਰ ਜਿਹੜੇ ਬੀਠੇ ਕਿਰਪਾਨਾਂ ਲੈ ਕੇ ਡੰਡੇ ਲੈ ਕੇ ਵੀ ਮੰਦਿਰ ਤੇ ਮਸਜਿਦ ਇੱਕੋ ਕਹੀ ਜਾਂਦਾ ਉਹਦੇ ਚ ਸਪਿਟ ਸੀ ਉਹਨੇ ਕਿਹਾ ਦਿਉਰਾ ਮਸੀਤ ਹੋਈ ਪੂਜਾ ਹੋ ਨਮਾਜ਼ ਹੋਈ ਪੂਜਾ ਵੀ ਕਰਨੀ ਉਹੋ ਹੀ ਚੀਜ਼ ਆ ਨਮਾਜ਼ ਪੜ੍ਹਨੀ ਵੀ ਉਹੋ ਹੀ ਚੀਜ਼ ਆ ਮੰਦਿਰ ਵੀ ਹੋਵੇ ਮਸਜਿਦ ਵੀ ਹੋਵੇ ਮਗਰ ਉਹਦੇ ਚ ਕਹਿਣ ਦੀ ਪਾਵਰ ਸੀ ਮੇਰਾ ਕਹਿਣ ਦਾ ਪਾਸ਼ਾ ਹੈ ਮਤਲਬ ਆ ਕਿ ਪਾਸ਼ਾ ਕੋਈ ਮਾੜੀ ਨਹੀਂ ਪਾਸ਼ਾ ਸਾਰੀਆਂ ਬੰਦੇ ਦੇ ਅੰਦਰੋਂ ਉੱਠੀਆਂ ਨੇ ਰੱਬ ਦੇ ਰੱਬ ਦੇ ਦਿੱਤੇ ਗਿਆਨ ਨਾਲ ਬਣੀਆਂ ਨੇ ਪਾਸ਼ਾ ਨੂੰ ਸਮਝਾਉਣ ਵਾਲੇ ਦੇ ਅੰਦਰ ਬਲ ਹੋਣਾ ਚਾਹੀਦਾ ਬਹੁਤ ਵਧੀਆ ਗੱਲ ਹੈ ਜੀ ਅ ਇੱਥੇ ਹੀ ਜਿਵੇਂ ਆਪ ਜੀ ਨੇ ਵਿਚਾਰ ਕੀਤੇ ਸੀ ਮਸਜਿਦ ਮੰਦਰ ਤੇ ਆਪਾਂ ਗੁਰਦੁਆਰਾ ਦੀ ਯੂਥ ਜਿਹੜਾ ਜਿਹੜਾ ਜਵਾਨੀ ਹੈ ਜਿਹੜੀ ਅੱਜ ਦੀ ਉਹ ਗੁਰਦੁਆਰੇ ਵਿੱਚ ਨਹੀਂ ਜਾਂਦੀ ਉਹਨਾਂ ਨੂੰ ਗੁਰਦੁਆਰੇ ਵਿੱਚ ਵਾੜਨ ਵਾਸਤੇ ਗੁਰਦੁਆਰੇ ਦੀ ਕਮੇਟੀਆਂ ਕੋਲ ਪ੍ਰੋਗਰਾਮ ਵੀ ਨਹੀਂ ਹੈਗੇ ਇਦਾਂ ਦੇ ਕਿ ਉਹ ਕਮੇਟੀਆਂ ਕਿਦਾਂ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਚ ਲਿਜਾ ਸਕਣ ਤੇ ਦਰਬਾਰ ਚ ਬਿਠਾ ਸਕਣ ਆਪ ਜੀ ਨੂੰ ਅਸੀਂ ਸਵਾਲ ਪੁੱਛਣਾ ਚਾਹਾਂਗੇ ਕਿ ਸਾਨੂੰ ਦੱਸੋ ਕਿ ਵੀ ਤੁਸੀਂ ਕੀ ਸੋਚਦੇ ਹੋ ਗੁਰਦੁਆਰੇ ਜਾਣਾ ਕਿਉਂ ਜ਼ਰੂਰੀ ਹੈ ਅਤੇ ਕੀ ਕਰਨ ਜਾਣੇ ਆਸੀਂ ਗੁਰਦੁਆਰੇ ਵਿੱਚ ਤੁਹਾਡੇ ਵਰਗਾ ਗੁਰਸੇਖੇ ਸਵਾਲ ਮੈਨੂੰ ਪੁੱਛੇ ਉੱਥੇ ਸਵਾਲ ਲਿਖਿਆ ਗੁਰੂਦੁਆਰੇ ਹੋਏ ਸਾਤ ਸੰਗਤ ਚਾਟ ਸਾਲ ਹੈ ਸਾਤ ਸੰਗਤ ਇੱਕ ਕਲਾਸ ਆ ਗੁਰਸਿੱਖ ਚਾਟੜੇ ਪੜਨ ਕੋ ਆਏ ਗੁਰਸਿੱਖ ਵਿਦਿਆਰਥੀ ਪੜਨ ਲਈ ਇੱਥੇ ਪੜਨ ਆਉਂਦੇ ਸਾਨੂੰ ਗੁਰਦੁਆਰੇ ਇਸ ਕਰਕੇ ਚਾਹੀਦਾ ਜਿਹੜੀ ਵਿਦਿਆ ਸਾਨੂੰ ਯੂਨੀਵਰਸਿਟੀ ਚੋਂ ਨਹੀਂ ਮਿਲੀ ਦੋ ਤਰ੍ਹਾਂ ਦੀ ਵਿਦਿਆ ਬ੍ਰਹਮ ਵਿਦਿਆ ਤੇ ਦੁਨਿਆਵੀ ਵਿਦਿਆ ਬ੍ਰਹਮ ਗਿਆਨ ਤੇ ਵਿਗਿਆਨ ਵਿਗਿਆਨ ਪੜਨ ਲਈ ਜਿਹੜੀਆਂ ਯੂਨੀਵਰਸਿਟੀਆਂ ਚ ਅਸੀਂ ਜਾਂਦੇ ਉੱਥੋਂ ਸਾਨੂੰ ਬ੍ਰਹਮ ਗਿਆਨ ਨਹੀਂ ਮਿਲ ਸਕਦਾ ਇੱਥੇ ਸਾਨੂੰ ਬ੍ਰਹਮ ਗਿਆਨ ਦੀ ਵਿਦਿਆ ਮਿਲਦੀ ਗੁਰਦੁਆਰਿਆਂ ਵਿੱਚ ਆਣ ਕੇ ਜਿਹੜੀ ਤੁਸੀਂ ਜੂਥ ਦੀ ਗੱਲ ਕਰਦੇ ਹੋ ਜੂਥ ਨੂੰ ਤੇ ਸੰਭ ਲਿਆ ਉਹਨਾਂ ਨੇ ਆਪ ਹੀ ਦੇ ਸਾਡੇ ਜੂਥ ਨੂੰ ਉਹਨਾਂ ਸੰਭ ਲਿਆਏ ਉਹਨਾਂ ਇਹੋ ਜੇ ਤੋਤੇ ਪੜਾ ਪੜਾ ਕੇ ਬਾਬੇ ਬਣਾ ਕੇ ਬਾੜਿਆ ਵੀ ਸਾਰਾ ਜੂਥ ਉਹਨਾਂ ਨਾਲ ਜੁੜ ਗਿਆ ਉਹਨਾਂ ਨੂੰ ਜੀ ਇੰਗਲਿਸ਼ ਬੋਲਣੀ ਆਉਂਦੀ ਸਾਡੇ ਭਾਈ ਨੂੰ ਕਿਉਂ ਨਹੀਂ ਸਾਡੇ ਪ੍ਰਚਾਰਕ ਨੂੰ ਇੰਗਲਿਸ਼ ਕਿਉਂ ਨਹੀਂ ਆਉਂਦੀ ਸਾਡਾ ਉਤਰਾ ਹੀ ਸਰ ਰਿਹਾ ਕਿਉਂ ਨਾ ਸਾਡੇ ਕੋਲੇ ਇਹ ਪ੍ਰਚਾਰਕ ਤਿਆਰ ਹੁੰਦੇ ਜਿਨ੍ਹਾਂ ਨੇ ਅੱਜ ਸਾਰੀ એનર્ਜੀ ਲੜਾਈਆਂ ਤੇ ਲਾਈ ਆ ਇਹਨਾਂ ਨੇ ਇਹੋ ਜਿਹੇ ਪ੍ਰਚਾਰਕ ਤਿਆਰ ਕੀਤੇ ਹੁੰਦੇ ਵੀ ਗੁਰਦੁਆਰੇ ਹਰ ਗੁਰਦੁਆਰਾ ਜਿਹੜਾ ਬਣਦਾ ਉੱਥੇ ਇੱਕ ਪੂਰਾ ਵਿੱਲ ਐਜੂਕੇਟਿਡ ਬੰਦਾ ਬੈਠਾ ਹੁੰਦਾ ਜਿਹੜਾ ਸਾਡੀ ਨਸਲ ਨੂੰ ਦੱਸਦਾ ਸਿੱਖੀ ਕੀ ਹੈ ਆ ਸਾਡੇ ਕੁਝ ਦਿਨਾਂ ਤੋਂ ਜਦੋਂ ਦਾ ਸਾਡੇ ਚੌਂਕੀਦਾਰ ਇੱਥੇ ਆਇਆ ਇੱਥੋਂ ਦੇ ਪੜੇ ਬੱਚੇ ਇੱਥੋਂ ਦੇ ਪੜੇ ਬੱਚਿਆ ਹਰ ਕੀਰਤ ਵਰਗੇ 25 30 ਮੇਰੇ ਕੋਲ ਆਉਂਦੇ ਰਹੇ ਨੇ ਸਾਰਿਆਂ ਕੇਸ ਰੱਖ ਲੈ ਕਲੀਨ ਛੇਪ ਸੀ ਸਾਰਿਆਂ ਨੇ ਕੇਸ ਰੱਖ ਲੈ ਉਈ ਜਿਹਕੇ ਤੇ ਛੋਟਾ ਮੋਟਾ ਡਰਾਗ ਵਾਲ ਨੂੰ ਮੂੰਹ ਕਰਦਾ ਸੀ ਤੋਬਾ ਕਰ ਗਏ ਨੇ ਬਹੁਤਿਆਂ ਨੇ ਵਿੱਚੋਂ ਅਮਰ ਛਕ ਲਿਆ ਮੇਰੇ ਕੋਲ ਤੇ ਇੰਗਲਿਸ਼ ਨਹੀਂ ਸੀ ਮੈਂ ਇੱਕ ਬੰਦਾ ਨਾਲ ਬਹੁੰਦਾ ਸਾਂ ਤੁਹਾਡੇ ਵਰਗਾ ਪੜਿਆ ਲਿਖਿਆ ਵੀ ਜੋ ਮੈਂ ਕਹਿੰਨਾ ਇਹਨਾਂ ਨੂੰ ਸਮਝਾ ਜੇ ਥਰਡ ਜਗ੍ਹਾ ਤੇ ਜਾ ਕੇ ਇਨਾ ਅਸਰ ਕਰ ਰਹੀ ਤੇ ਜਦੋਂ ਕੋਈ ਸਾਹਮਣੇ ਤੀਰ ਮਾਰ ਵਾਲਾ ਹੋਵੇ ਜੀਵਨ ਵਾਲਾ ਪੜਿਆ ਲਿਖਿਆ ਨਹੀਂ ਪੜਿਆ ਲਿਖਿਆ ਹੋਵੇ ਜਿਹਨੂੰ ਭਾਸ਼ਾ ਬੋਲਣੀ ਮਗਰੋਂ ਦੇ ਲਈ ਜੀਵਨ ਜ਼ਰੂਰੀ ਆ ਜੀਵਨ ਤੋਂ ਬਿਨਾ ਪ੍ਰਚਾਰ ਦਾ ਗੁਰੂ ਨਾਨਕ ਸਾਹਿਬ ਨੇ ਕੌਡੇ ਨੂੰ ਇੱਕ ਵਾਰ ਮਿਲਿਆ ਕੌਡਾ ਰਾਖਸ਼ ਨਹੀਂ ਰਿਹਾ ਸਰਜਨ ਠੱਗ ਨੂੰ ਇੱਕ ਵਾਰ ਮਿਲਿਆ ਮੇਰਾ ਬਾਬਾ ਉਹ ਠੱਗੀਆਂ ਛੱਡ ਗਿਆ ਮੇਰਾ ਵਿਚਾਰ ਹੈ ਸੀਗਾ ਪੁੱਛਣ ਦਾ ਆਪ ਜੀ ਨੂੰ ਸਾਡਾ ਜੋ ਸਵਾਲ ਸੀਗਾ ਬਿਲਕੁਲ ਬਹੁਤ ਸਹੀ ਗੱਲ ਕਹੀ ਆਪ ਜੀ ਨੇ ਕਿ ਵੀ ਜਦ ਤੱਕ ਸਾਡੇ ਕੋਲ ਆਪ ਜੀਵਨ ਨਹੀਂ ਹੋਏਗਾ ਸਾਡੇ ਅੰਦਰੋਂ ਝਲਕੇਗਾ ਨਹੀਂ ਤਾਂ ਦੂਜੇ ਤੇ ਰਿਫਲੈਕਸ਼ਨ ਉਹਦਾ ਅਸਰ ਨਹੀਂ ਆਏਗਾ ਚਲਕਣੀ ਪਏਗੀ ਮੇਰਾ ਵਿਚਾਰ ਹੈ ਸੀਗਾ ਪੁੱਛਣ ਦਾ ਆਪ ਜੀ ਨੂੰ ਕਿਉਂਕਿ ਕੋਈ ਸ਼ੱਕ ਨਹੀਂ ਹੈ ਦਾਸ ਇਸ ਗੱਲ ਨੂੰ ਕਲੀਅਰ ਹੈ ਲੇਕਿਨ ਜਿਹੜਾ ਯੂਥ ਹੈ ਉਹ ਕਲੀਅਰ ਨਹੀਂ ਹੈ ਉਹ ਕਹਿੰਦਾ ਹੈ ਕਿ ਵੀ ਅਸੀਂ ਗੁਰਦਾਰੇ ਜਾਣਾ ਕਿਉਂ ਹੈ ਗੁਰਦੁਆਰੇ ਜਾ ਕੇ ਕੀ ਮਿਲਦਾ ਹੈ ਕਈ ਕਹਿੰਦੇ ਨੇ ਆਪਾਂ ਗੁਰਦੁਆਰੇ ਗੁਰੂ ਪਾਸ਼ਰ ਦਰਸ਼ਨ ਕਰਨ ਜਾਂਦੇ ਆ ਤੇ ਜੇ ਗੁਰੂ ਪਾਸ਼ਰ ਦਰਸ਼ਨ ਕੱਲੇ ਗੁਰਦੁਆਰੇ ਵਿੱਚ ਹੀ ਹੁੰਦੇ ਨੇ ਤੇ ਆਪਾਂ ਸਿਰਫ ਗੁਰਦੁਆਰੇ ਗੁਰੂ ਪਾਸ਼ਰ ਦਰਸ਼ਨ ਹੀ ਕਰਨ ਜਾਂਦੇ ਆ ਜਾਂ ਫਿਰ ਅਸੀਂ ਕੋਈ ਹੋ ਕਿਰਤ ਹੈ ਹੋਰ ਰੀਜ਼ਨ ਹੈ ਹੋਰ ਕਾਰਨ ਹੈ ਆਪਾਂ ਗੁਰਦਾਰ ਸਾਹਿਬ ਜਾਂਦੇ ਆ ਅਸੀਂ ਗੁਰਦਾਰ ਸਾਹਿਬ ਜਾਂਦੇ ਕਿਉਂ ਆ ਤੇ ਉਤੋਂ ਖੱਟ ਦੇ ਕੀ ਆ ਇਹ ਦੱਸਣਾ ਆਪ ਜੀ ਆਪ ਜੀ ਨੂੰ ਮੈਂ ਕਹਾਂ ਵੀ ਤੁਸੀਂ ਜਾਓ ਲਾਈਟ ਦੇ ਕੋਲ ਅੱਖਾਂ ਮੀਟ ਕੇ ਤੇ ਪੁੱਛੋ ਵੀ ਮੈਨੂੰ ਮੈਂ ਲਾਈਟ ਕੋਲ ਕਿਉਂ ਆਇਆ ਤੇ ਮੇਰਾ ਜਵਾਬ ਆ ਵੀ ਅੱਖਾਂ ਖੋਲ ਤੇ ਨੂੰ ਲੱਗ ਜਾ ਪਤਾ ਇੱਥੇ ਕੀ ਹੈ ਅੱਖਾਂ ਖੋਲ ਕੇ ਜਿਹੜਾ ਸਿੱਖ ਗੁਰਦੁਆਰੇ ਜਾਊਗਾ ਨਾ ਅਸੀਂ ਉਸ ਦਿਨ ਵੀ ਕਥਾ ਚ ਕਿਹਾ ਸੀ ਤੁਸੀਂ ਸ਼ਾਇਦ ਸੁਕੇ ਨਹੀਂ ਵੀ ਸੂਰਜ ਨੂੰ ਬ્રાਹਮਣ ਮੱਥਾ ਟੇਕਦਾ ਹਿੰਦੂ ਮੱਥਾ ਟੇਕਦਾ ਤੇ ਉਹ ਇੱਕ ਗੱਲ ਉਹਨੂੰ ਪੁੱਛਦੇ ਆਪਾਂ ਵੀ ਤੂੰ ਸੂਰਜ ਨੂੰ ਮੱਥਾ ਕਿਉਂ ਟੇਕਦਾ ਹੈ ਕਹਿੰਦਾ ਜੀ ਇਹ ਸਾਨੂੰ ਪ੍ਰਕਾਸ਼ ਦਿੰਦਾ ਹੈ ਪਰ ਉਹ ਛਿਨੀ ਸਾਰੇ ਜਗਤ ਨੂੰ ਰੋਸ਼ਨੀ ਦਿੰਦਾ ਹੈ ਸਾਨੂੰ ਕੋ ਪੁੱਛੇ ਵੀ ਤੂੰ ਆ ਜਿਹੜਾ ਤੁਸੀਂ ਕੁਐਸਚਨ ਕਰ ਰਹੇ ਗੁਰੂ ਕੋਲ ਜਾ ਕੇ ਮੱਥਾ ਟੇਕ ਕੇ ਸਾਨੂੰ ਕੀ ਮਿਲਦਾ ਹੈ ਜੇ ਅਸੀਂ ਆਪਣੀ ਆਦ ਨੂੰ ਇਹ ਦੱਸਿਆ ਹੁੰਦਾ ਪੁੱਤ ਇੱਕ ਅੰਤਿਸ਼ ਕਰਨ ਦੀ ਹਨੇਰੀ ਕੋਠੜੀ ਚ ਗੁਰੂ ਦਾ ਪ੍ਰਕਾਸ਼ ਜਿੱਦਣ ਹੁੰਦਾ ਹੈ ਤੇ ਸਾਰਾ ਹੀ ਪਤਾ ਲੱਗ ਜਾਂਦਾ ਲੋਕ ਦਾ ਵੀ ਤੇ ਪਰਲੋਕ ਦਾ ਵੀ ਅਸੀਂ ਆ ਦਸਨ ਵਿੱਚ ਸਮਰਥ ਰਹੇ ਅਸੀਂ ਗੁਰਦੁਆਰੇ ਨੂੰ ਕੇਵਲ ਪੁੱਤ ਮੰਗਣ ਲਈ ਰੱਖਿਆ ਨੇ ਬਦਲ ਲਗ ਰਮਾਲੇ ਚੜਾਉਣ ਨੂੰ ਜੋਤਾ ਜਗਾਉਣ ਨੂੰ ਨਾਰੀਅਲ ਰੱਖਣ ਨੂੰ ਇੰਨਾ ਕਰਮਾਂ ਵਿੱਚ ਉਹ ਬੱਚੇ ਫਿਰ ਪੁੱਛਦੇ ਜਾ ਕੇ ਅੱਜ ਦੇ ਯੁੱਗ ਦੀ ੜਾਦ ਪੁੱਛਦੀ ਹੈ ਵੀ ਇਹਦੇ ਨਾਲ ਕੀ ਹੁੰਦਾ ਹੈ ਖੰਡਾਉਣਾ ਤੇ ਸੀ ਨਹੀਂ ਸਤਿਗੁਰੂ ਨਾਨਕ ਪ੍ਰਗਟਿਆ ਸਿੱਧੀ ਗੱਲ ਦੱਸਣੀ ਸੀ ਪੁੱਤ ਜਿਨ੍ਹਾਂ ਦੇ ਅੰਦਰ ਸਤਿਗੁਰੂ ਸਤਿਗੁਰੂ ਮੀਂਝ ਗਿਆਨ ਗਿਆਨ ਜਿਨ੍ਹਾਂ ਦੇ ਅੰਦਰ ਪ੍ਰਗਟ ਹੋਇਆ ਉੱਥੇ ਜਾ ਕੇ ਮਿੱਟੀ ਧੁੰਦ ਪੁੱਤ ਜਿਹੜੀਆਂ ਗੱਲਾਂ ਤੁਸੀਂ ਪੜ੍ਹੇ ਲਿਖੇ ਵੀ ਕਰਦੇ ਹੋ ਤੇ ਮਗਰੋਂ ਕਹਿੰਦੇ ਸੌਰੀ ਮੇਰੇ ਕੋਲੋਂ ਹੋ ਗਈ ਜਿਹੜੇ ਬੰਦੇ ਨੂੰ ਗੁਰੂ ਦਾ ਗਿਆਨ ਮਿਲਿਆ ਉਹ ਕਦੀ ਨਹੀਂ ਕਹਿੰਦਾ ਸੌਰੀ ਮੇਰੇ ਕੋਲ ਹੋ ਗਈ ਕਿਉਂਕਿ ਉਹਨੂੰ ਪਤਾ ਹੈ ਗਲਤ ਕੀ ਹੈ ਤੇ ਠੀਕ ਕੀ ਹੈ ਚੰਗੇ ਮੰਦੇ ਦੀ ਉਹਨੂੰ ਸੋਝੀ ਆਉਂਦੀ ਮਗਰ ਉਹ ਸੋਝੀ ਸਾਰੀ ਮਿਲਦੀ ਗੁਰਦੁਆਰਿਆਂ ਅਗਰ ਗੁਰਦੁਆਰੇ ਜੇ ਐਸ ਨਗਲ ਜਾਵੇ ਉਹ ਵੀ ਮੈਨੂੰ ਗੁਰੂ ਕੋਲੋਂ ਪ੍ਰਕਾਸ਼ ਲੈਣਾ ਜੇ ਸੋ ਚੰਦ ਉੱਗਵੇ ਸੂਰਜ ਚੜੇ ਹਜ਼ਾਰ ਇਹ ਤੇ ਚਾਨਣ ਹੁੰਦਿਆਂ ਗੁਰਬਿੰਨ ਕੋਰ ਹੁੰਦਾ ਇਹ ਦੱਸਣਾ ਹੈ ਵੀ ਪੁੱਤ ਆ ਧਰਤੀ ਤੇ ਇੱਕ ਸੂਰਜ ਚੜਿਆ ਤੇ ਦਿਨ ਚੜ ਗਿਆ ਇਹੋ ਜਿਹਾ ਹਜ਼ਾਰਾਂ ਸੂਰਜ ਚੜ ਜਾਣ ਬੁੱਧੀ ਵਿੱਚ ਵੀ ਇੱਥੇ ਵੀ ਹਜ਼ਾਰਾਂ ਕਿਤਾਬਾਂ ਦਾ ਗਿਆਨ ਹੋ ਜਾਏ ਮਗਰ ਅੰਤਿਸ਼ ਕਰਨ ਵਿੱਚ ਜਿਹੜਾ ਹਨੇਰਾ ਹੈ ਉਹ ਗੁਰੂ ਤੋਂ ਬਿਨਾਂ ਦੂਰ ਨਹੀਂ ਹੋਣਾ ਆਪਾਂ ਨੂੰ ਜਿਹੜਾ ਤੁਸੀਂ ਕਹਿੰਦੇ ਵੀ ਗੁਰੂ ਕਿੱਥੇ ਨਹੀਂ ਇੱਕ ਜਗ੍ਹਾ ਤੇ ਬੈਠਾ ਹੈ ਉਹਦੇ ਐਡਰੈਸ ਦਿੱਤਾ ਹੈ ਕਿਤੇ ਡੇਰੇ ਦਾ ਨਹੀਂ ਦਿੱਤਾ ਕਿਸੇ ਸੰਪਰਦਾ ਦਾ ਨਹੀਂ ਦਿੱਤਾ ਗੁਰੂ ਦਵਾਰਾ ਸ਼ਬਦ ਲਿਖਿਆ ਹੈ ਜਿਹੜਾ ਕਨਸੈਪਟ ਗੁਰਦੁਆਰੇ ਦਾ ਹੈ ਆਪਾਂ ਨੂੰ ਪਹਿਲੀ ਗੱਲ ਤੇ ਇਸ ਗੱਲ ਤੇ ਕਿੰਤੂ ਪ੍ਰਿੰਤੂ ਨਹੀਂ ਕਰਨਾ ਚਾਹੀਦਾ ਵੀ ਸਾਨੂੰ ਮਸਜਿਦ ਵਿੱਚ ਜਾਣ ਨੂੰ ਨਹੀਂ ਕਿਹਾ ਸੀ ਸੇਖਾ ਸਾਨੂੰ ਸਤਿਗੁਰੂ ਫਰਮਾਇਆ ਕਰੀਏ ਕਿ ਗੁਰਦੁਆਰੇ ਜਾ ਕੇ ਗੁਰਦੁਆਰੇ ਹੋਏ ਕੇ ਜੇ ਗੁਰਦੁਆਰੇ ਜਾ ਕੇ ਸਾਬਸ ਮੰਨ ਲਿਓ ਗੁਰੂ ਦੇ ਹੁਕਮ ਦੇ ਉੱਤੇ ਸਾਨੂੰ ਕਿਰਨ ਤੋਂ ਬਰੰਤ ਨਹੀਂ ਕਰਨਾ ਚਾਹੀਦਾ ਜੇ ਜੂਥੇ ਸਵਾਲ ਕਰਦਾ ਹੈ ਤੇ ਜੂਥ ਦਾ ਸਾਨੂੰ ਸ਼ੰਕਾ ਇਤਨਨ ਨਵਾਰਨਾ ਚਾਹੀਦਾ ਵੀ ਭਾਈ ਸਾਨੂੰ ਹੁਕਮ ਗੁਰਦੁਆਰੇ ਜਾਂਦਾ ਹੈ ਗੁਰਬਾਣੀ ਤੇ ਗੁਰੂ ਤੇ ਗੁਰਦੁਆਰਾ ਇਹਨਾਂ ਤਿੰਨਾਂ ਦਾ ਸੰਬੰਧ ਆ ਮਸਜਿਦ ਵਿੱਚ ਤੇ ਗੁਰਬਾਣੀ ਨਹੀਂ ਪੜੀ ਜਾਣੀ ਮੰਦਰ ਵਿੱਚ ਤੇ ਗੁਰਬਾਣੀ ਨਹੀਂ ਪੜੀ ਜਾਣੀ ਗੁਰਬਾਣੀ ਤਾਂ ਗੁਰਦੁਆਰੇ ਪੜੀ ਜਾਣੀ ਤੇ ਸਾਨੂੰ ਹੁਕਮ ਆ ਉਹ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਪੜਨ ਦਾ ਸਾਨੂੰ ਹੁਕਮ ਆ ਬਾਣੀ ਸੁਣਨ ਦਾ ਹੁਕਮ ਆ ਤੇ ਉਹ ਤੇ ਮਸਜਿਦ ਵਿੱਚ ਨਹੀਂ ਨਾ ਸੁਣਾਈ ਜਾਣੀ ਮਸਜਿਦ ਨੂੰ ਗੁਰੂ ਸਾਹਿਬ ਨੇ ਤਾਂ ਆਖਿਆ ਵੀ ਜਿਹੜੇ ਮਸਜਿਦ ਵਿੱਚ ਬਾਗਾਂ ਦੇ ਰਹੇ ਤੈਨੂੰ ਹੀ ਯਾਦ ਕਰ ਰਹੇ ਮਹਾਰਾਜ ਦਾ ਇਹ ਹੁਕਮ ਆ ਮੰਦਰ ਵਿੱਚ ਜਿਹੜਾ ਟੱਲ ਖੜਕਾ ਰਿਹਾ ਹੈ ਉਹ ਤੇਰੀ ਯਾਦ ਵਿੱਚ ਖੜਕਾ ਰਿਹਾ ਹੈ ਮਿਲੇ ਨਾ ਮਿਲੇ ਇਹ ਵਖਰਾ ਵਿਸ਼ਾ ਹੈ ਪਸਾ ਲੱਗਾ ਵਿੱਚੋਂ ਵਾਜਾਂ ਦਾ ਤੈਨੂੰ ਹੀ ਮਾਰ ਰਿਆ ਨਾ ਭਾਵਨਾ ਤੇ ਉਹਦੀ ਤੈਨੂੰ ਮਿਲਣ ਦੀ ਹੈ ਨਾ ਤੇ ਇੱਕ ਆ ਮਸਕੀਨ ਸਾਹਿਬ ਤੇ ਕਹਿੰਦੇ ਸੀ ਸਾਰੀਆਂ ਨਦੀਆਂ ਸਮੁੰਦਰ ਚ ਹੀ ਜਾਂਦੀਆਂ ਸਾਰੇ ਵੇ ਉੱਥੇ ਜਾਂਦੇ ਮਗਰ ਜੇ ਕੋਈ ਸੱਚੇ ਦਿਲ ਕਬੀਰ ਵਾਂਗੂ ਤੁਰੇ ਰਵਿਦਾਸ ਸਾਹਿਬ ਵਾਂਗੂ ਤੁਰੇ ਨਾਮਦੇਵ ਸਾਹਿਬ ਵਾਂਗੂ ਤੁਰੇ ਉੱਥੇ ਤੱਕ ਪਹੁੰਚਦੀ ਹਰ ਹਰ ਵਿਚਾਰਤਾ ਰਾ ਪਹੁੰਚਦੀ ਮਗਰ ਸਾਡੀ ਵਿਚਾਰਤਾ ਰਹੀ ਗੁਰਮਤ ਤੇ ਗੁਰਮਤ ਦਾ ਪ੍ਰਚਾਰ ਹੁੰਦਾ ਗੁਰਦੁਆਰੇ ਇਸ ਕਰਕੇ ਆਪਾਂ ਨੂੰ ਬੱਚਿਆਂ ਨੂੰ ਇਹ ਸਮਝਾਉਣਾ ਚਾਹੀਦਾ ਮੈਂ ਫੇਰ ਉਥੇ ਆਉਂਗਾ ਚੰਗੇ ਪ੍ਰਚਾਰਕ ਸਾਨੂੰ ਰੱਖ ਕੇ ਹਰ ਗੁਰਦੁਆਰੇ ਜੇ ਰੋਜ਼ ਨਹੀਂ ਤੇ ਹਫਤੇ ਬਾਅਦ ਇੱਕ ਕਲਾਸ ਮਗਰ ਉਹ ਕਿਸੇ ਦਾ ਪਲਾਂਟ ਕੀਤਾ ਨਾ ਹੋਵੇ ਪ੍ਰਚਾਰਕ ਕਿਸੇ ਡੇਰੇਦਾਰ ਦਾ ਕਿਸੇ ਦਾ ਇਹ ਪਲਾਂਟ ਕੀਤੇ ਨਾ ਹੋਣ ਸਹੀ ਗੁਰਮਤਿ ਦੀ ਵਿਦਿਆ ਦੇਣ ਵਾਲੇ ਗੁਰਮਤਿ ਰਤੀ ਵੀ ਰਾਤ ਅੰਦਾਸ ਨੇ ਕਿਹਾ ਸੀ ਵੀ ਉਹ ਚਿੜੀ ਦੇ ਮੂੰਹ ਦੇ ਵਿੱਚ ਦਾਣਾ ਪਾਉਣ ਦੀ ਜਗ੍ਹਾ ਤੇ ਕੰਡਾ ਪਾਤਾ ਉਹਨਾਂ ਬੱਚੇ ਦੇ ਵਿੱਚ ਤੇ ਬੱਚਾ ਤੇ ਮਰਨਾ ਹੀ ਹੈ ਸਾਡੀ ਕੌਮ ਨਾਲ ਜੇ ਕੁਝ ਹੋਇਆ ਹੈ ਪਤਾ ਨਹੀਂ ਸਾਨੂੰ ਕਿੰਨੀ ਕੁ ਤਰ੍ਹਾਂ ਦੇ ਕੰਡੇ ਮੂੰਹ ਚ ਪਾਤੇ ਨੇ ਜਿੰਨਾ ਸਾਨੂੰ ਵਿੰਨ ਕੇ ਰੱਖਦਾ ਹੈ ਸਹੀ ਗੁਰਮਤਿ ਦਾ ਪ੍ਰਚਾਰ ਮੈਂ ਕਹਿੰਦਾ ਮੇਰੇ ਕੋਲ ਉਹ ਨਹੀਂ ਹੁੰਦਾ ਤੁਸੀਂ ਤਿਆਰ ਕਰੋ ਸ੍ਰੀ ਅਕਾਲ ਤੱਕ ਸਭ ਦਾ ਐਨੇ ਫੰਡ ਨੇ ਸ਼ੋਭਨੀ ਕਮੇਟੀ ਦੇ ਐਨੇ ਫੰਡ ਨੇ ਸਾਹੀ ਕਿਉਂ ਨਹੀਂ ਇਹੋ ਜਿਹੇ ਪ੍ਰਚਾਰਕ ਪੈਦਾ ਕਰ ਸਕੇ ਵੀ ਜਿਹੜਾ ਘਰ ਘਰ ਦੇਸ਼ਾਂ ਦੇਸ਼ਾਂ ਵਿੱਚ ਜਾ ਕੇ ਇੱਕ ਦੇਸ਼ ਵਿੱਚ ਇੱਕ ਹੀ ਸਹੀ ਮਹੀਨੇ ਬਾਅਦ ਇੱਕ ਵਾਰੀ ਆਜੂ 2 ਮਹੀਨੇ ਬਾਅਦ ਇੱਕ ਵਾਰੀ ਆਜੂ ਇੰਨੇ ਦੇਸ਼ਾਂ ਚੋਂ ਐਨੇ ਪ੍ਰਚਾਰਕ ਨਹੀਂ ਤਿਆਰ ਕਰ ਸਕੇ ਇਹ ਆਲਾਦ ਸੰਭਾਲਣੀ ਹੈ ਅੱਜ ਸਮੇਂ ਦੀ ਮੁਖ ਲੋੜਾ ਮੈਂ ਕਨ ਪੜ ਬੰਦੇ ਨੇ ਐਨੀਆਂ 2-3 ਮਹੀਨਿਆਂ ਦੇ ਵਿੱਚ ਮੇਰੇ ਸਤਿਗੁਰੂ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਐਨੇ ਬੱਚੇ ਮੈਂ ਰਾਤ ਨੂੰ ਤੁਹਾਨੂੰ ਮਿਲਾਉਂਗਾ ਜਿਨ੍ਹਾਂ ਨੇ ਕੇਸ ਰੱਖੇ ਨੇ ਪੱਗਾਂ ਵੱਲ ਲੀਆਂ ਨੇ ਤੇ ਜੇ ਇੱਕ ਨਿੱਕਾ ਜਿਹਾ ਯਤਨ ਇੰਨਾ ਕਾਰਗਰ ਹੋ ਸਕਦਾ ਤੇ ਜੇ ਕੌਮੀ ਲੈਵਲ ਤੇ ਆਪਾਂ ਸਾਰੇ ਰਲ ਕੇ ਮੱਤ ਪੇਦ ਪਲਾ ਕੇ ਆਪਾਂ ਕਰੀਏ ਸਾਡਾ ਕੋਈ ਬੱਚਾ ਪਤਿਤ ਨਹੀਂ ਹੋ ਸਕਦਾ ਬਹੁਤ ਧੰਨਵਾਦ ਅਗਲੇ ਸੈਗਮੈਂਟ ਵਾਸਤੇ ਦਾਸ ਨੂੰ ਇਜਾਜ਼ਤ ਤੇ ਜ਼ਰੂਰ ਦੇਖਣਾ ਨਾ ਭੁੱਲਣਾ ਦਮਕਾਰ ਸਿੰਘ ਸ਼ੋ ਚੜ੍ਹਦੀ ਕਲਾ ਟਾਈਮ ਟੀਵੀ ਤੇ ਤਦ ਤੱਕ ਦਾਸ ਔਂਕਾਰ ਸਿੰਘ ਨੂੰ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਚੜ੍ਹਦੀ ਕਲਾ ਟੀਵੀ ਟਾਈਮ ਨਾਰਥ ਅਮਰੀਕਾ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਸਰਾਜ ਸਿੰਘ ਹਲਨ ਮੈਂਬਰ ਆਫ ਪਾਰਲੀਮੈਂਟ ਕਾਗਰਫੋਰਸਾਂ ਤੋਂ ਮੇਰੇ ਪਰਿਵਾਰ ਤੋਂ ਅਤੇ ਸਮੁੱਚੀ ਟੀਮ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਦੀਵਾਲੀ ਅਤੇ ਬੰਦੀ ਛੋਟ ਦਿਵਸ ਦੀਆਂ ਗੁਰੂ ਮਹਾਰਾਜ ਕਿਰਪਾ ਕਰਨ ਸਾਰਿਆਂ ਦੀਆਂ ਸ਼ੁਭ ਕਾਮਨਾ ਗੁਰੂ ਮਹਾਰਾਜ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ